मोमिन होवे ते होश च होवे ठिकाने च। फातिमा दी शान एडी शान है कि बंदा ला यानी इस गैर मुस्तरिब हालत च और बेचैनी की कैफियत च भी इन्ना होशमंद हो जा सी ज़हरा दी शान दा सदका। इस बीबी की शान दे इस गुजरन की वजह नाल बंदे गैर मुतमिन भी मुतमिन हो जा सी कि उन्होंने चंद मिनट होश दिता जा सी कि कम अज़ कम अकल तो कम लवन और अपनी अखा नीवियां कर लवन। हालांकि उस आलम में कोई किसी का बेली सज्जन कोई नहीं बनना लेकिन उस दौरान भी मुस्तफा की बेटी का शान बयान किया जा रहा। लिहाजा मैं एक मैसेज देता देना चाहना कि तुसी जिथे भी जाओ जिस मौलवी नूं सुनो जिस खतीब नूं सुनो जिस तरह भी सुनो लेकिन दिल वबस्ता शान ज़हरा नाल रख्या है शान अहले बैत नाल रख्या है। अलामा इकबाल जां अजीम साडा शायर अजीम शायर मरन लगा तो उन्हें अपने पुत्र जवेद जड़ा एक जवेद इकबाल रहे उसके कान च कोई गल की तो बाद अजमेर शरीफ के सजादा नशीन कराची तशरीफ लियाए तो उन्हें कहा जवेद वो गल तो दस जी तेरे अबे ने तेरे कान च आखी आई। उन्हें कहा नहीं जो गल कोई आई साढ़े प्यो पुत्र की फिर भी आखिर मैं भी अजमेर का सजादा नशीन हाँ तो मैंने दस चा कोई गल रास की तेरे कान जी उस आखिरी बारी की। आखन लगे जिन्होंने दो गल् की मेरे न अलामा इकबाल ने उसने कहा पुत्र एक गल याद रखी एक तो तू सुन्नी हनफी बरेलवी रवी जिन्हों पे बकीदा आखने सब नु सलूट करी और दूसरा अहले बैत दी मुहब्बत तू तारक ना हो जाई ये दो चीज़ा नाल लैके आवी तो तू ईमान ते मरेगा। लिहाजा इत्थे नारा गूंजना चाहिए कि तुसी दोवें शियां लैके बैठे हो करबल हुसैन अपना पिया मर तबा दसावे मेरे नाल दाज कोई जगते पे तो फिर शाने ज़हरा की गल हुई मेरे नाल दाज कोई होवे अख मिलावे। मेरी बख्शिश ली थोड़ी बख्शिश ली ये शेर काफी है आ फरमान लगे ऐ यजीदियो हाँ मेरे मर्तबे नूं वेखो ना ना मेरा नबी है करो गौर इस गलते बाबा मेरा अली मेरी माँ जय माँ किसे दी होवे तसर उठावे हाँ मेरी माँ जय माँ किसे दी होवे तसर उठावे हाँ मेरी माँ जय माँ किसे दी होवे तसर उठावे मैं प्यास दाहया दी अजला तो प्यास नाले मेरा अलम ठहर सकता अब्बास मेरे नाले अब्बास मेरे नाले किस दी है हिम्मत मेरा अलम गिरावे किस दी है हिम्मत मेरा अलम गिरावे हाँ मैं प्यास दाहया दी
ਅਜ਼ਲਾ ਤੋਂ ਪਿਆਸ ਨਾਲੇ ਮੇਰਾ ਅਲਾਮ ਠਹਿਰ ਸਕਦਾ ਅਬਾਸ ਮੇਰੇ ਨਾਲੇ ਕਿਸ ਦੀ ਹੈ ਐਨ ਹਿੰਮਤ ਮੇਰਾ ਅਲਮ ਗਿਰਾਵੇ ਕਿਸ ਦੀ ਹੈ ਹਿੰਮਤ ਮੇਰਾ ਅਲਮ ਗਿਰਾਵੇ। ਹਜ਼ੂਰ ਦੀ ਖੁਦ ਹਦੀਸ ਹੈ, ਸਰਕਾਰ ਨੇ ਫਰਮਾਇਆ ਆਪਣੇ ਬੱਚੇ ਦੀ ਤਰਬੀਅਤ ਜਦੋਂ ਕਰੋ ਮੇਰਾ ਇਹਤਰਾਮ ਸਿਖਾਓ, ਮੇਰੀ ਆਲ ਦਾ ਇਹਤਰਾਮ ਸਿਖਾਓ, ਉਹਨੂੰ ਕੁਰਾਨ ਪੜ੍ਹਾਓ, ਕੁਰਾਨ ਪੜ੍ਹਾਓ ਫਿਰ ਉਹਨੂੰ ਮੇਰੀ ਸ਼ਾਨ ਸੁਣਾਓ। ਅਗਰ ਉਸ ਤੁਸੀਂ ਉਸ ਬੱਚੇ ਦੇ ਜਵਾਨ ਹੋਣ ਤੱਕ ਉਹਨੂੰ ਇਸ਼ਾਨ ਅਹਿਲੇ ਬੈਤ ਨਾ ਸੁਣਾਏ ਉਸ ਫੁੱਟ ਜਾਣਾ ਅਤੇ ਫਿਰ ਉਹ ਕਿਸੇ ਕੰਮ ਦਾ ਨਹੀਂ ਰਵਣਾ। ਤਵਜੋ ਹੈ, ਲਿਹਾਜ਼ਾ ਆਉਣ ਵਾਲੀ ਨਸਲਾਂ ਨੂੰ ਵੀ ਉਹਦੀ ਸ਼ਾਨ ਜ਼ਰੂਰ ਸੁਣਾਵਿਆ ਹੈ ਜਿਹਦੇ ਬੂਹੇ ਦਾ ਇੱਜ਼ਤ ਦਾ ਗੈਰਤ ਦਾ ਦਰਬਾਨ ਗਾਜ਼ੀ ਅਬਾਸ ਹੈ, ਦਰਬਾਨ ਅਬਾਸ ਹੈ ਉਸ ਬੂਹੇ 'ਤੇ, ਜਿਸ ਬੂਹੇ 'ਤੇ ਇਸ ਹਸੀਨ ਸ਼ਾਹਕਾਰ ਦੀ ਪਹਿਰਾਦਾਰੀ ਹੋਵੇ। ਨਾ ਸਮਝੇ ਤੇਰੀ ਮਰਜ਼ੀ ਹੈ, ਬਹਰਹਾਲ ਮੈਂ ਉਸ ਅਬਾਸ ਦੀ ਬਾਰੇ ਵਿੱਚ ਇੱਕ ਸ਼ੇਰ ਅਤੇ ਇੱਕ ਬੰਦ ਸੁਲਤਾਨੇ ਬਾਹੂ ਦਾ। ਵਫਾ ਹਰ ਕੋਈ ਕਰ ਸੀ, ਲੇਕਿਨ ਸ਼ਾਇਦ ਇਸ ਵਫਾਦਾਰ ਨੂੰ ਹੀ ਵੇਖ ਕੇ ਅਲਾਮਾ ਇਕਬਾਲ ਨੇ ਕਿਹਾ ਕਿ ਮੁਹੰਮਦ ਸੇ ਵਫਾ ਤੂੰ ਨੇ ਤੋ ਹਮ ਤੇ, ਸ਼ਾਇਦ ਇਸ ਵਫਾਦਾਰ ਨੂੰ ਵੇਖ ਕੇ ਅਬਾਸ ਨੇ ਆਖਿਆ ਕਿ ਮੁਹੰਮਦ ਸੇ ਵਫਾ ਤੂੰ ਨੇ ਤੋ ਹਮ ਤੇਰੇ ਹੈ, ਇਹ ਜਹਾਂ ਚੀਜ਼ ਹੈ ਕਿਆ, ਲੋਹ ਕਲਮ ਤੇਰੇ ਹੈ। ਹੁਣ ਤੁਸੀਂ ਅਗਲੀ ਗੱਲ ਆਪੇ ਸੁਣ ਲਓ ਅਤੇ ਸਮਝ ਲਓ ਕਿ ਆਪ ਨੂੰ ਬਾਬੁਲ ਹਵੈਜ ਵੀ ਆਖਿਆ ਜਾਂਦਾ ਹੈ, ਐਸਾ ਦਰਵਾਜ਼ਾ ਜਿੱਥੇ ਕੋਈ ਦੁਆ ਰੱਦ ਨਾ ਹੋਵੇ। ਹੁਣ ਮਤਲਬ ਉਹ ਜਿਹੜੀ ਆਖਿਆ ਨਾ ਵੀ ਇਹ ਜਹਾਂ ਚੀਜ਼ ਹੈ ਕਿਆ, ਲੋਹ ਕਲਮ ਤੇਰੇ ਹੈ, ਪਰ ਸ਼ਰਤ ਪਿਛਲਾ ਮਿਸਰਾ ਹੈ ਕੀ ਮੁਹੰਮਦ ਸੇ ਵਫਾ ਤੂੰ ਨੇ, ਅਗਰ ਵਫਾ ਕਰੇਗਾ ਤਾਂ ਅੱਲਾਹ ਦਾ ਤੈਨੂੰ ਮੈਂ ਲੋਹ ਕਲਮ ਵੀ ਤੇਰੇ ਸਪੁਰਦ ਕਰ ਦੇ ਸਾਂ, ਮੁੜ ਜੋ ਮਰਜ਼ੀ ਲਿਖੀ ਜਾਵੇ। ਯਾਨੀ ਤਕਦੀਰ ਦਾ ਵੀ ਜਿਹੜਾ ਇੱਕ ਸਿਲਸਿਲਾ ਹੈ ਉਹ ਉਹਨਾਂ ਦੇ ਹੱਥ ਮਾਰ ਦਿੱਤਾ ਜਾਂਦਾ ਹੈ, ਬਦਲਤੀ ਜਿਵੇਂ ਅੱਲਾਹ ਦੇ ਵਲੀ ਨੂੰ ਜੇ ਨਜ਼ਰ ਪੈਂਦੀ ਹੈ ਅਤੇ ਬੰਦੇ ਦੀ ਤਕਦੀਰ ਬਦਲ ਜਾਂਦੀ ਹੈ। ਉਹ ਤਾਂ ਮੁੜ ਵੀ ਸ਼ਹਿਨਸ਼ਾਹ ਵਲੀ ਦਾ ਇੱਕ ਮਕਾਮ ਹੈ ਕਿ ਵਲੀਆਂ ਦੇ ਸ਼ਹਿਨਸ਼ਾਹ ਦੀ ਗੱਲ ਆਉਂਦੀ ਪਈ ਹੈ। ਮੇਰਾ ਅਬਾਸ ਤੇਰਾ ਅਬਾਸ, ਮੇਰਾ ਹੱਥ ਇੱਥੇ ਰਹਿ ਗਿਆ, ਤੁਹਾਡਾ ਹੱਥ ਉੱਠਿਆ ਨਹੀਂ ਹੈ। ਜਦੋਂ ਗਾਜ਼ੀ ਅਬਾਸ ਪਾਣੀ ਲੈਣ ਵਾਸਤੇ ਗਏ, ਭਾਈ ਦੀ ਫਰਮਾਇਸ਼ ਵੀ ਹੈ ਤਾਂ ਮੇਰਾ ਆਖਰੀ ਸ਼ੇਰ ਹੈ, ਮੈਂ ਉਸ ਵੀਰ ਦੀ ਬਾਰਗਾਹ 'ਚ ਬੀਬੀ ਜ਼ੈਨਬ ਸਲਾਮੁੱਲਾ ਅਲੈਹਾ ਖੈਮੇ 'ਚੋਂ ਸਈਦਾ ਜ਼ੈਨਬ ਸਕੀਨਾ ਸਲਾਮੁੱਲਾ ਅਲੈਹਾ ਆਪ ਦੋਨੋਂ ਨੂੰ ਫਰਮਾਇਸ਼ ਕੀਤੀ ਹੈ ਬੱਚਿਆਂ ਨੇ ਕਿ ਪਾਣੀ ਲੈ ਕੇ ਆਓ। ਜਦੋਂ ਪਾਣੀ ਅਬਾਸ ਲੈਣ ਚਲੇ ਗਏ ਤਾਂ ਪਿੱਛੋਂ ਸਾਰੇ ਸੋਚਣ ਡਏ ਨੇ ਕਿ ਪਾਣੀ ਨਾਲ ਕੀ ਭੇਜਣਾ ਹਾਈ, ਸਹੀ ਬਗੈਰ ਪਾਣੀ ਤੋਂ ਵੀ ਸਰਦਾ ਹੀ ਪਿਆ ਹਾਈ। ਜਦੋਂ ਉੱਥੇ ਅਬਾਸ ਗਿਆ ਇਹਨੇ ਵਾਪਸ ਨਹੀਂ ਆਉਣਾ, ਉਹਦੇ ਨਾਲ ਜ਼ਿਆਰਤ ਤਾਂ ਹੁੰਦੀ ਪਈ ਆਈ ਤਵਜੋ ਵਿਦਰਾ ਅਤੇ ਪਿੱਛੋਂ 7 ਵਜੇ ਇੱਥੇ ਕਹਿਣ ਲੱਗੀਆਂ ਗਾਜ਼ੀਆ ਸਾਨੂੰ ਨਹੀਂ ਪਾਣੀਆਂ ਦੀ ਲੋੜ, ਗਾਜ਼ੀਆ ਸਾਨੂੰ ਨਹੀਂ ਪਾਣੀਆਂ ਦੀ ਲੋੜ, ਵਾਸਤਾ ਵਾਗਾ ਪਿਛਾ ਖੈਮਿਆਂ ਨੂੰ ਮੋੜ, ਗਾਜ਼ੀਆ ਸਾਨੂੰ ਨਹੀਂ ਪਾਣੀਆਂ ਦੀ ਲੋੜ। ਆ ਫਰਮਾਨ ਲੱਗੀਆਂ ਬੀਬੀ ਜ਼ੈਨਬ ਸਲਾਮੁੱਲਾ ਅਲੈਹਾ ਫਰਮਾਨ ਲੱਗੀਆਂ, ਹਾਂ ਕਿਉਂ ਨਾ ਮੈਨੂੰ ਦੁੱਖ ਹੋਵੇ ਮੇਰਾ ਸੋਹਣਾ ਵੀਰੇ, ਕਿਉਂ ਨਾ ਮੈਨੂੰ ਦੁੱਖ ਹੋਵੇ ਮੇਰਾ ਸੋਹਣਾ ਵੀਰੇ, ਅਲੀ ਦੀ ਜ਼ਮਾਨੇ ਵਿੱਚ ਤੂੰ ਤਸਵੀਰੇ, ਅਲੀ ਦੀ ਜ਼ਮਾਨੇ ਵਿੱਚ ਤੂੰ ਤਸਵੀਰੇ, ਗਾਜ਼ੀਆਂ
छेती सांगे ना तरो गाजियां एनी छेती सांगे ना तरोड़ वास्ता वागा बिछा खेमे किसे भी तमन्ना विच दिल नहीं हो रंगना फिर असा तेरे कोलो पानी नहीं हो मांगना बाखुदा टुटा होया दिल आके जो सुनिए शेर तो बड़ा मैं की शेर पेश कर रहा क्यों ना मैनू दुख होवे मेरा सोना वीर क्यों ना मैनू दुख होवे मेरा सोना वीर अली दी जमाने विच तुयो तस्वीरे इनी छेती सांगे ना तरोड़ अली दिए सौ मेलू अगर तू घर आ जावे अगर तू घर आ जावे वापस तो की हो सी तू तो पानी लैन गया ना एक अलग गल है लेकिन जब एक शान अहले बैत बयान करता पिया तुसी मैनूं अपनी ईमान नाल दसो अगर हुसैन चावण आए तो क्या पानी जमीन चो नहीं कढ़ सकदे एडली सुभान अल्लाह मैं समझण वाली गल है जे टिब्बे अजमेर दे टिब्बे ते बह के बहुत बाद चावण वाला सैयद वजू वास्ते पानी लेना चाहता है तो उन्हों और राजा लैन नहीं देंदा तू आदा है भाई अच्छा ये गल तो उस लोटे सतावे च वो तालाब बंद कर लेंदा है तालाब खुश कर देंदा है तो क्या उहदा बाबा हुसैन नहीं पानी बंद कर सकता की करदे पए किहड़े ख्याल च बैठे हो ये तो उस वली की करामत जिहड़ा बहुत बाद च आया है हुण सुन जरा शेर तो ये उहदी हमशीर है उस हुसैन की पाक हमशीर है वो कहती है तो एक वक्त टपाते पे हैं ये तो एक वेला टपाते पे हैं वरना तू आ जा वापस मैं की करे सा अली दिए सौ मैनू कसम बतूल दी जेड़ा साडा नाना है उसे रसूल दी गाजिया आण दे सा पानी दी न थो गाजियां अनते सपनी दीन थो अली दिए सौ मेलू कसम बतूल दी जेड़ा साडा नाना है उसे रसूल दी गाजियां सपनी दिन थो गाजियां सानू नहीं हो पानिया दिलो आखिर मैं सुल्तान ने बहुत बंद पेश करके जा चाहना जी तो जो चण चना ते कर रुशनाई तेरा जिक्र कर दे तारे बस
गलियों दे विच फिरन निमाने लाला देव जरे ओ शाला मुसाफिर हो कोई ना थी वे कख जिना तू भरे साया पे उड़न हरे हो ले ओ यार हवाले रब दे ते मेले चार दिना दे उस दिन ईद मुबारक हो सी अते जिस दिन